ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਤਹਿਤ ਅੱਜ ਪਠਾਨਕੋਟ ਪੁਲਿਸ ਨੇ 80 ਗ੍ਰਾਮ ਹੈਰੋਇਨ ਸਮੇਤ ਇੱਕ ਲੜਕੇ ਅਤੇ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ DSP ਸਿਟੀ ਰਜਿੰਦਰ ਮਿਨਹਾਸ ਨੇ ਪਠਾਨਕੋਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਲੜਕਾ ਲੜਕੀ ਨਸ਼ੇ ਦਾ ਕਾਰੋਬਾਰ ਕੰਦਰੋੜੀ ਅਤੇ ਛੰਨੀ ਬੇਲੀ ਇਲਾਕੇ ਵਿੱਚ ਕਰਦੇ ਹਨ ਅਤੇ ਅੱਜ ਵੀ ਉਹ ਨਸ਼ੇ ਦੀ ਸਪਲਾਈ ਕਰਨ ਆ ਰਹੇ ਹਨ। ਜਿਸ 'ਤੇ ਥਾਣਾ ਨੰਗਲਪੁਰ ਦੀ ਪੁਲਿਸ ਨੇ SHO ਦੀਪਕ ਕੁਮਾਰ ਦੀ ਅਗਵਾਈ 'ਚ ਕਾਰਵਾਈ ਕਰਦੇ ਹੋਏ ਨੰਗਲ ਅੱਡੇ ਤੋਂ ਥੋੜ੍ਹੀ ਦੂਰੀ 'ਤੇ ਕੰਦਰੋੜੀ ਮੋੜ ਨੇੜੇ ਨਾਕੇਬੰਦੀ ਦੌਰਾਨ ਪੈਦਲ ਜਾ ਰਹੇ ਲੜਕੇ ਲੜਕੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਹਨਾਂ ਕੋਲ 80 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਬੂ ਕੀਤੇ ਗਏ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਹੈਰੋਇਨ ਕੱਥੂ ਨੰਗਲ ਤੋਂ ਇੱਕ ਵਿਅਕਤੀ ਤੋਂ ਖਰੀਦ ਕੇ ਲਿਆਏ ਸਨ। ਗ੍ਰਿਫਤਾਰ ਲੜਕੇ ਲੜਕੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 10 ਵਜੇ SHO ਨੰਗਲਪੁਰ ਦੀਪਕ ਜੀ ਔਰ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਨੇ ਇੱਕ ਮੁੰਡਾ ਇੱਕ ਕੁੜੀ ਗ੍ਰਿਫਤਾਰ ਕੀਤੇ ਜਿਹਨਾਂ ਕੋਲੋਂ 80 ਗ੍ਰਾਮ ਹੀਰੋਇਨ ਬਰਾਮਦ ਹੋਈ। ਇਹ ਅਜੇ ਕੁਮਾਰ ਜਿਹੜਾ ਬੇਸਿਕਲੀ ਰਹਿਣ ਵਾਲਾ ਪਨਿਆੜ ਦਾ ਅੱਜ ਕੱਲ੍ਹ ਇਹ ਛੰਨੀ ਬੇਲੀ ਰਹਿ ਰਿਹਾ ਅਤੇ ਕੁੜੀ ਜਿਹੜੀ ਸ਼ਾਲੂ ਨਾਲ ਫੜੀ ਹੈ ਉਹ ਫਤਿਹਪੁਰ ਪੈਂਦਾ ਕਾਂਗੜੇ ਡਿਸਟ੍ਰਿਕਟ 'ਚ ਉੱਥੋਂ ਦੀ ਰਹਿਣ ਵਾਲੀ। ਪਹਿਲੇ ਮੁੰਡੇ ਦੇ ਖਿਲਾਫ਼ ਕਾਫ਼ੀ 2 ਮੁਕੱਦਮੇ ਦਰਜ ਨੇ ਔਰ ਇਹ ਐਕਚੁਅਲ ਕ੍ਰਿਮੀਨਲ ਹੈ। ਕਾਫ਼ੀ ਦੇਰ ਤੋਂ ਕਰ ਰਹੇ ਹਾਂ, ਬਾਕੀ ਅਸੀਂ ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਤੇ ਉੱਥੋਂ ਅੱਗੇ ਜਿਹੜੀ ਹੈ ਕਾਰਵਾਈ ਕੀਤੀ ਜਾਏ। ਬੇਸਿਕਲੀ ਸਾਡਾ ਅਜੇ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਅਤੇ ਤਾਂ ਕਿ ਜਿਹੜਾ ਬੰਦਾ ਅਲਰਟ ਨਾ ਹੋ ਜਾਵੇ ਅਤੇ ਆਪਾਂ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦੇ।